ਫਿਰੋਜ਼ਪੁਰ ਵਿਖੇ ਸਰਬੱਤ ਖਾਲਸਾ ਨੂੰ ਲੈ ਕੇ ਨਜ਼ਰਬੰਦ ਕੀਤੇ ਗਏ ਭਾਈ ਧਿਆਨ ਸਿੰਘ ਮੰਨ ਨੂੰ ਰਿਹਾਅ ਕਰਵਾਉਣ ਲਈ ਮੰਨ ਸਮਰਥਕਾਂ ਨੇ ਮੋਬਾਈਲ ਟਾਵਰ ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਦੌਰਾਨ ਉਨ੍ਹਾਂ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਉਦੋਂ ਤੱਕ ਟਾਵਰ ਤੇ ਚੜ੍ਹੇ ਰਹਿਣਗੇ ਜਦ ਤੱਕ ਭਾਈ ਧਿਆਨ ਸਿੰਘ ਮੰਡ ਅਤੇ ਹੋਰ ਨਜ਼ਰਬੰਦ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਰਕਾਰ ਧੱਕਾ ਕਰ ਰਹੀ ਹੈ। ਸਰਬੱਤ ਖਾਲਸਾ ਦੀ ਤਰੀਕ ਨੇੜੇ ਆਉਂਦੇ ਹੀ ਪੰਜਾਬ ਸਰਕਾਰ ਨੇ ਜਥੇਦਾਰ ਧਿਆਨ ਸਿੰਘ ਨੂੰ ਅਤੇ ਜਥੇਬੰਦੀ ਦੇ ਹੋਰ ਸਿੰਘਾਂ ਨੂੰ ਨਜ਼ਰਬੰਦ ਕਰ ਦਿੱਤਾ ਹੈ। ਉਨ੍ਹਾਂ ਨੂੰ ਰਿਹਾਅ ਨਾ ਕਰਨ ਤੱਕ ਇਹ ਰੋਸ ਮੁਜ਼ਾਹਰੇ ਚੱਲਦੇ ਰਹਿਣਗੇ। ਸਰਬੱਤ ਖਾਲਸੇ ਵਾਸਤੇ ਜੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਜੀ ਆਪਣੀ ਕਾਰਵਾਈ ਕਰ ਰਹੇ ਸੀ, ਜਿਹਦੇ ਵਿੱਚ ਸਰਕਾਰ ਬਹੁਤ ਗਲਤ ਕਰ ਰਹੀ ਹੈ ਜੀ ਵਰਕਰਾਂ ਦੇ ਨਾਲ, ਅਤੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੋਇਆ, ਅੱਜ ਦੋ ਦਿਨ ਹੋ ਗਏ ਨੇ ਜੇਲ੍ਹ ਦੇ ਅੰਦਰ ਨੇ, ਅਤੇ ਉਹਨਾਂ ਦੇ ਛਡਾਉਣ ਵਾਸਤੇ ਵੀ ਇਹ ਟੈਂਕੀ 'ਤੇ ਚੜ੍ਹੇ ਹੋਏ ਨੇ ਸਾਡੇ ਸਿੰਘ, ਅਤੇ ਇਹ ਕਾਰਵਾਈ ਇਸ ਤਰ੍ਹਾਂ ਚੱਲੇਗੀ ਜੇ ਛਾਲਾਂ ਮਾਰਨਗੇ ਜੇ ਨਾ ਛੱਡਿਆ ਗਿਆ ਜੀ ਉਹਨਾਂ ਨੂੰ, ਅਤੇ ਹੱਕ ਆਪਣਾ ਹਰ ਕੋਈ ਮੰਗ ਸਕਦਾ ਜੀ। ਇਹ ਜਦੋਂ ਇਹ ਸਰਬੱਤ ਖਾਲਸਾ ਇਕੱਠਾ ਇਕੱਠ ਕਰਦੇ ਆ ਜੀ, ਉਦੋਂ ਇਹ ਫੜ ਕੇ ਅੰਦਰ ਚੁੱਕ ਕੇ ਅੰਦਰ ਕਰ ਦਿੰਦੇ ਆ ਜੀ। ਇਹ ਸਰਕਾਰ ਬਹੁਤ ਗਲਤ ਕਰ ਰਹੀ ਹੈ ਜੀ, ਇਸ ਤਰ੍ਹਾਂ ਫਿਰ ਸਿੱਖਾਂ ਨੂੰ ਹਥਿਆਰ ਉਠਾਉਣੇ ਪੈਣਗੇ ਜੀ ਆਪਣੇ। ਇਹ ਅੱਜ ਸਵੇਰ ਦੇ ਉੱਤੇ ਚੜ੍ਹੇ ਹੋਏ ਜੀ ਸਵੇਰ ਦੇ।